है ਤੁਹਾਡਾ ਆਲ ਪੰਜਾਬ ਨੂੰ ਚੈਨਲ ਦੇਖਣ ਤੇ ਅੱਜ ਆਪਾਂ ਪਹੁੰਚੇ ਹਾਂ ਕੈਥੋਲਿਕ ਚਰਚ ਡੇਰਾ ਬਾਬਾ ਨਾਨਕ ਵਿਖੇ। ਬੀਤੇ ਦਿਨੀ ਮਨੀਪੁਰ ਵਿੱਚ ਘੱਟ ਗਿਣਤੀਆਂ ਮਸੀਹ ਭਾਈਚਾਰਿਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਤੇ ਕੁਝ ਦਿਨ ਪਹਿਲਾਂ ਹੀ ਕੁਝ ਸ਼ਰਾਰਤੀ ਅਸਰਾਂ ਵੱਲੋਂ ਕ੍ਰਿਸਚੀਅਨ ਭੈਣਾਂ ਦੇ ਨਾਲ ਜਿਹੜੀ ਬਦਸਲੂਕੀ ਕੀਤੀ ਗਈ ਸੀ ਉਸ ਨੂੰ ਲੈ ਕੇ ਕ੍ਰਿਸਚੀਅਨ ਭਾਈਚਾਰੇ ਵਿੱਚ ਬਹੁਤ ਅਖਰੋਸ਼ ਹੈ ਤੇ ਉਹਨਾਂ ਵੱਲੋਂ 29 ਤਰੀਕ ਨੂੰ ਅੰਮ੍ਰਿਤਸਰ ਵਿਖੇ ਧਰਨਾ ਪ੍ਰਦਰਸ਼ਨ ਦਾ ਐਲਾਨ ਕੀਤਾ ਗਿਆ ਸੀ। ਅੱਜ ਡੇਰਾ ਬਾਬਾ ਨਾਨਕ ਤੋਂ ਵੱਡੀ ਗਿਣਤੀ ਵਿੱਚ ਕ੍ਰਿਸਚੀਅਨ ਭਾਈਚਾਰੇ ਦਾ ਜਥਾ ਧਰਨਾ ਪ੍ਰਦਰਸ਼ਨ ਵਿੱਚ ਹਿੱਸਾ ਲੈਣ ਜਾ ਰਿਹਾ ਹੈ। ਅੱਜ ਆਪਾਂ ਗੱਲਬਾਤ ਕਰਾਂਗੇ ਕ੍ਰਿਸਚੀਅਨ ਭਾਈਚਾਰੇ ਦੇ ਆਗੂਆਂ ਨਾਲ ਕਿ ਉਹ ਇਸ ਸੰਬੰਧ ਵਿੱਚ ਕੀ ਕਹਿਣਾ ਚਾਹੁੰਦੇ ਹਨ। ਸਰ, ਤੁਹਾਡੇ ਵੱਲੋਂ ਅੱਜ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਕਿਸ ਗੱਲ ਨੂੰ ਲੈ ਕੇ? ਮੈਂ ਜਗੀਰ ਸੀ ਪੱਖੋ ਕੇ ਅੱਜ ਕਾਰਵਰ ਸਕੂਲ ਡੇਰਾ ਬਾਬਾ ਨਾਨਕ ਦੇ ਵਿੱਚੋਂ ਜੋ ਅਸੀਂ ਇਹ ਪ੍ਰਦਰਸ਼ਨ ਅੰਮ੍ਰਿਤਸਰ ਵਿਖੇ ਕਰਨ ਜਾ ਰਹੇ ਹਾਂ ਇਹ ਉਸ ਦੀ ਵਿਰੋਧਤਾ ਵਾਸਤੇ ਕਰਨ ਜਾ ਰਹੇ ਹਾਂ ਕਿ ਜੋ ਮਣੀਪੁਰ ਦੇ ਵਿੱਚ ਸਾਡੀਆਂ ਬੀਬੀਆਂ ਨੂੰ ਬਹੁਤ ਗਲਤ ਸਲੂਕ ਕਰਕੇ ਨਿਗੇਜ ਅਵਸਥਾ ਦੇ ਵਿੱਚ ਰੱਖ ਕੇ ਉੱਤੇ ਰੇਪ ਕਰਕੇ ਲੋਕਾਂ ਦੇ ਵਿੱਚ ਸ਼ਰੇਆਮ ਗੁੰਡਿਆਂ ਦੇ ਅੱਗੇ ਛੱਡ ਦੇਣਾ ਅਤੇ ਵੀ ਜੋ ਮਰਜ਼ੀ ਇਹਨਾਂ ਦੇ ਨਾਲ ਕਰਨ ਉਸ ਦੇ ਵਿਰੋਧ ਵਾਸਤੇ ਅਸੀਂ ਅੱਜ ਅੰਮ੍ਰਿਤਸਰ ਦੇ ਵਿੱਚ ਜਿਹੜਾ ਉਹ ਅਜੇ ਸ਼ਾਂਤੀ ਧਰਨਾ ਦੇਣ ਜਾ ਰਹੇ ਹਾਂ। ਸਰ, ਕੀ ਕਾਰਨ ਹੈ ਕਿ ਜਿੱਥੇ ਜਿੱਥੇ ਬੀਜੇਪੀ ਦੀ ਸਰਕਾਰ ਹੈ ਉੱਥੇ ਹੀ ਘੱਟ ਗਿਣਤੀਆਂ ਨੂੰ ਜਿਹੜਾ ਨਿਸ਼ਾਨਾ ਬਣਾਇਆ ਜਾਂਦਾ? ਇਹ ਬਿਲਕੁਲ ਗੱਲ ਤੁਹਾਡੀ ਬਿਲਕੁਲ ਠੀਕ ਹੈ ਜੀ। ਇੱਕ ਇਹ ਜਿਹੜਾ ਬੀਜੇਪੀ ਸਰਕਾਰ ਆ ਇਹ ਸਿਰਫ ਤੇ ਸਿਰਫ ਜ਼ਿਆਦਾ ਇਹ ਕ੍ਰਿਸਚੀਅਨ ਕਮਿਊਨਿਟੀ ਨੂੰ ਟਾਰਗੇਟ ਬਣਾ ਰਹੀ ਆ ਕਿਉਂਕਿ ਕ੍ਰਿਸਚੀਅਨ ਕਮਿਊਨਿਟੀ ਇੱਕ ਜਿਹੜੀ ਆ ਉਹ ਇਹੋ ਜਿਹੀ ਆ ਵੀ ਹਰ ਥਾਂ ਉਹ ਸ਼ਾਂਤੀ ਬਣਾਈ ਰੱਖਣਾ ਚਾਹੁੰਦੇ ਆ ਪਰ ਇਹੋ ਜਿਹੜੇ ਸਿਆਸੀ ਲੋਕ ਨੇ ਇਹ ਨਹੀਂ ਚਾਹੁੰਦੇ ਕਿ ਸ਼ਾਂਤੀ ਬਣੇ ਕਿਉਂਕਿ ਇਹਨਾਂ ਨੂੰ ਆਪਣੀਆਂ ਵੋਟਾਂ ਨਾਲ ਆਪਣੀਆਂ ਸਰਕਾਰਾਂ ਬਣਾਉਣ ਦੇ ਨਾਲ ਹੀ ਮਤਲਬ ਹੈ। ਜਿਸ ਤਰ੍ਹਾਂ ਕਿ ਪਿੱਛੇ ਪੁਲਵਾਮਾ ਦੇ ਵਿੱਚ 25 ਸਾਰੇ ਆਰਮੀ ਦੇ ਨੌਜਵਾਨ ਇਹਨੇ ਮਰਵਾਏ, ਮਾਵਾਂ ਦੇ ਪੁੱਤ ਭੈਣਾਂ ਦੇ ਭਰਾ ਇਹਨੇ ਮਰਵਾਏ ਸਿਰਫ ਤੇ ਸਿਰਫ ਇਹਨੂੰ ਆਪਣੀ ਸਰਕਾਰ ਬਣਾਉਣ ਤੱਕ ਸੀਮਤ ਸੀਗਾ ਵੀ ਮੇਰੀ ਸਰਕਾਰ ਬਣਦੇ ਉਹ ਆਪੇ ਮਰਵਾ ਕੇ ਆਪੇ ਕਰਵਾ ਕੇ ਆਪਣੀ ਪਿੱਠ ਜਿਹੜੀ ਉਹ ਆਪੇ ਮੁੜ ਕੇ ਥਾਪੜ ਲੱਗ ਪੈਂਦੇ ਨੇ ਵੀ ਆਹ ਜਿਹੜਾ ਠੀਕ ਕੀਤਾ। ਹੁਣ ਆਹ ਜਿਹੜਾ ਇਹਨਾਂ ਨੇ ਮਣੀਪੁਰ ਦੇ ਵਿੱਚ ਕੀਤਾ ਆ ਇਹ ਪੂਰੇ ਸੰਸਾਰ ਦੇ ਵਿੱਚ ਸ਼ਰਮ ਵਾਲੀਆਂ ਜਿਹੀਆਂ ਹੱਦਾਂ ਜਿਹੜੀਆਂ ਉਹ ਟੱਪੀਆਂ ਗਈਆਂ ਹਨ। ਇਹਦੀ ਮੈਨੂੰ ਇਹਦੀ ਸਮਝ ਨਹੀਂ ਲੱਗਦੀ ਵੀ ਇਹ ਮੋਦੀ ਸਾਹਿਬ ਆਪਣੀਆਂ ਦੂਜੀਆਂ ਕੰਟਰੀਆਂ ਵਿੱਚ ਜਾ ਕੇ ਆਪਣੀ ਪਿੱਠ ਕਿਸ ਤਰ੍ਹਾਂ ਥਾਪੜਦਾ ਹੈ ਜਿਹੜਾ ਕਿ ਆਪਣੇ ਘਰ ਦੇ ਵਿੱਚ ਆਪਣੀਆਂ ਬੀਬੀਆਂ ਭੈਣਾਂ ਧੀਆਂ ਦੀ ਰਖਵਾਲੀ ਨਹੀਂ ਕਰ ਸਕਦਾ, ਇਹ ਹੋਰ ਕਿਤੇ ਕੀ ਰਖਵਾਲੀ ਕਰ ਸਕਦਾ ਆ? ਸਭ ਤੋਂ ਮਾੜਾ ਜੇ ਇਸ ਵੇਲੇ ਗਿਣਿਆ ਜਾਏਗਾ ਤੇ ਇੱਕ ਮੋਦੀ ਹੀ ਪ੍ਰਧਾਨ ਮੰਤਰੀ ਦੇ ਇਤਿਹਾਸ ਗਿਣਿਆ ਜਾਏਗਾ ਜਿਹਦੇ ਵਿੱਚ 3 ਮਹੀਨੇ ਤੋਂ ਵੱਧ ਸਮਾਂ ਹੋ ਗਿਆ ਅੱਜ ਤੱਕ ਇਹ ਕੰਟਰੋਲ ਨਹੀਂ ਕਰ ਸਕਿਆ। ਇਹਦਾ ਕੀ ਮਤਲਬ ਹੈ ਵੀ ਇਹਦੀ ਨੀਤ ਮਾੜੀ ਆ ਨਾ ਕਿ ਕੀ ਇੱਕ ਸਰਕਾਰ ਇਹ ਕਹੇ ਵੀ ਮੇਰੇ ਹੱਥ ਖੜੇ ਮੈਂ ਨਹੀਂ ਕਰ ਸਕਦਾ ਤੇ ਇਹਦਾ ਫਿਰ ਕੀ ਹੱਕ ਹੈ ਗੱਦੀ ਤੇ ਬਹਿਣ ਦਾ? ਇਹਨੂੰ ਗੱਦੀ ਛੱਡ ਕੇ ਲਾਂਭੇ ਹੋ ਜਾਣਾ ਚਾਹੀਦਾ। ਇਹਦਾ ਇੱਕੋ ਇੱਕੋ ਸਾਡਾ ਮਕਸਦ ਲੱਗਦਾ ਵੀ ਇਹਦੀ ਨਿਸ਼ਚਿਤ ਦੇ ਵਿੱਚ ਫਰਕ ਆ ਕਿ ਜਿਹੜੀ ਸਾਡੀ ਕ੍ਰਿਸਚੀਅਨ ਕਮਿਊਨਿਟੀ ਆ ਉਹਨਾਂ ਨੂੰ ਦਬਾਇਆ ਜਾਏ, ਪਰ ਕ੍ਰਿਸਚੀਅਨ ਕਮਿਊਨਿਟੀ ਇੱਕ ਇਹੋ ਜਿਹੀ ਕਮਿਊਨਿਟੀ ਆ ਵੀ ਇਹ ਕਦੀ ਦਬਾਈ ਨਹੀਂ ਜਾ ਸਕਦੀ। ਸਾਡੇ ਪ੍ਰਭੂ ਯਿਸੂ ਮਸੀਹ ਜਦੋਂ ਚੱਲੇ ਕਿੰਨੀ ਗਿਣਤੀ ਸੀ, ਅੱਜ ਕਿੰਨੇ ਦਬਾਉਂਦੇ ਰਹੇ, ਅੱਜ ਕਿੰਨੇ ਹਜ਼ਾਰਾਂ ਦੇ ਵਿੱਚ ਲੱਖਾਂ ਦੇ ਵਿੱਚ ਕਰੋੜਾਂ ਦੇ ਵਿੱਚ ਜਿਹੜੀ ਉਹ ਕ੍ਰਿਸਚੀਅਨ ਕਮਿਊਨਿਟੀ ਦਾ ਨਾਂ ਚੱਲ ਰਿਹਾ ਆ ਉਹ ਹੀ ਇਹਨਾਂ ਨੂੰ ਜਿਹੜੀ ਆ ਉਹ ਰਾਸ ਨਹੀਂ ਆ ਰਹੀ, ਪਰ ਇਹਨਾਂ ਨੂੰ ਇਹ ਕਿਸੇ ਵੀ ਤਰੀਕੇ ਨਾਲ ਰੋਕ ਨਹੀਂ ਸਕਦੇ। ਜਿਹੜੇ ਗੁੰਡਿਆਂ ਨੇ ਸਰ ਬੇਇੱਜ਼ਤੀ ਕੀਤੀ ਆ ਉਹਨਾਂ ਦੀਆਂ ਤਸਵੀਰਾਂ ਸਾਫ਼ ਦਿਖਾਈ ਦੇ ਰਹੀਆਂ ਨੇ ਤੇ ਹਜੇ ਤੱਕ ਉਹਨਾਂ ਗੁੰਡਿਆਂ ਨੂੰ ਨੱਥ ਨਹੀਂ ਪਾਈ ਜਾ ਸਕੇ, ਪੁਲਿਸ ਵੀ ਮੂਰਖ ਦਰਸ ਬਣ ਕੇ ਵੇਖਦੀ ਰਹੀ, ਕੀ ਕਹਿਣਾ ਜੀ? ਇਹ ਨੱਥ ਤੇ ਸਰ ਜੀ ਤਾਦੇ ਪਾਉਣ ਆਪ ਤੇ ਖੁਦ ਕਰਾ ਰਹੇ ਆ, ਆਹ ਖਬਰੇ ਘਾਈ ਆ ਵੀ ਜਿਹੜੋ ਜਿਹੜੀਆਂ ਬੀਬੀਆਂ ਨੂੰ ਸਾਡੀਆਂ ਨੂੰ ਇਹ ਪੁਲਿਸ ਮੁਲਾਜ਼ਮ ਆਪ ਘਰੋਂ ਚੁੱਕ ਕੇ ਲੈ ਕੇ ਆਏ ਨੇ, ਉੱਥੋਂ ਚੁੱਕ ਕੇ ਲੈ ਕੇ ਆਪ ਇਹਨਾਂ ਭੀੜ ਦੇ ਹਵਾਲੇ ਕੀਤਾ ਆ। ਇਹ ਤੋਂ ਆਪਾਂ ਕੀ ਸਮਝਾਂਗੇ ਵੀ ਜੇ ਆਪ ਹੀ ਤਾਂ ਸਾਡੀਆਂ ਬੇਇੱਜ਼ਤੀ ਜਿਹੜੀਆਂ ਬੇਇੱਜ਼ਤੀ ਕਰਾ ਰਹੀਆਂ ਉਹ ਕਿਉਂ ਰੋਕਣਗੇ? ਸਿਰਫ ਉਹਨਾਂ ਨੂੰ ਇੱਕੋ ਮਕਸਦ ਹੈ ਵੀ ਇਹਨਾਂ ਨੂੰ ਜਿੰਨਾ ਦਬਾਇਆ ਜਾ ਸਕਦਾ ਆ ਉਹਨਾਂ ਦਬਾਇਆ ਜਾਏ। ਤੇ ਸਭ ਤੋਂ ਵੱਡੀ ਸ਼ਰਮਨਾਕ ਗੱਲ ਇਹ ਆ ਕਿ ਜਿਹੜੀਆਂ ਧੀਆਂ ਭੈਣਾਂ ਨਾਲ ਸਾਡਾ ਨਾਲ ਇਹੋ ਜਿਹਾ ਸਲੂਕ ਕੀਤਾ ਇਸ ਤੋਂ ਗਿਰਿਆ ਕੰਮ ਕੋਈ ਵੀ ਦੁਨੀਆ ਦੇ ਉੱਤੇ ਅਜਿਹਾ ਮਨੁੱਖ ਨਹੀਂ ਹੈ ਜਿਹੜਾ ਉਹ ਕਰੇਗਾ। ਇਸ ਕਰਕੇ ਇਹਨਾਂ ਨੂੰ ਕਿਸੇ ਵੀ ਤਰ੍ਹਾਂ ਕੋਈ ਹੱਕ ਨਹੀਂ ਗਾ, ਜੀਣ ਦਾ ਹੱਕ ਨਹੀਂ ਆ, ਕੋਈ ਆਪਣੀ ਸੀਟ ਦੇ ਰਹਿਣ ਦਾ ਹੱਕ ਨਹੀਂ ਗਾ। ਜਿਹੜਾ ਬੰਦਾ ਲੋਕਾਂ ਨੂੰ ਮਰਵਾ ਰਿਹਾ ਸਾਡਾ ਜੋ ਉਂਝ ਹੈਗਾ ਜਿਹੜੇ ਜਿੰਨੇ ਰੇਲਵੇ ਮਹਿਕਮੇ ਆ ਹਵਾਈ ਅੱਡੇ ਸਾਰੇ ਤੇ ਇਹ ਵੇਚ ਰਿਹਾ ਆ, ਇਹਨੂੰ ਆਪਾਂ ਕਿਸ ਤਰ੍ਹਾਂ ਸਮਝ ਸਕਦੇ ਹਾਂ ਵੀ ਇਹ ਸਾਡੇ ਦੇਸ਼ ਦਾ ਜਿਹੜਾ ਹਮਦਰਦ ਹੋ ਸਕਦਾ ਆ? ਮੈਂ ਕਹਿੰਦਾ ਵੀ ਇਹਨੂੰ ਸੀਆਈਡੀ ਆ ਕੋਲੋਂ ਸਾਰੇ ਕੋਲ ਏਜੰਸੀ ਕੋਲ ਇਹਦੀ ਇਨਕੁਆਇਰੀ ਕਰਾਉਣੀ ਚਾਹੀਦੀ ਆ ਵੀ ਜਿਹੜਾ ਸਭ ਕੁਝ ਵਹਿ ਵੇਚ ਰਿਹਾ ਜੀ ਇਹ ਮਰਵਾ ਰਿਹਾ ਇਹਨੂੰ ਕੀ ਆਖਾਂਗੇ, ਇਹ ਪਰਿਵਾਰ ਦੀ ਰਖਵਾਲੀ ਕੀ ਕਰ ਸਕਦਾ ਹੈ?
इस करके अही पूरी डट के विरोधता करांगे। हर इनू हर एक कम्यूनिटी उठ के भी आप सवाए सिर पे घट गिनती जिन्हें लोग आ हर एक ने यदा सारा का यदा शर्म के नाल सिर जोड़ा आ वो झुकया है तो इनू जो मोदी साहब न लानत पे इनू एक यहोजी ये लानत आ कि सारी उम्र तक जी यू कदे भी आप ये कवर नहीं कर सकता। अज डेरा बाबा नानक कि गड्डिया का काफिला धरना प्रदर्शन जा रहा और यदा जो मेन जो मनोरथ की है धरना प्रदर्शन का साडा अज इतों लगभग 25 गड्डिया का जो काफिला जा रहा है तो अज अमृतसर विखे आप संत फरासक स्कूल के इकट्ठे होवे सारे उतों आप शांतमई ढंग के नाल डीसी दफ्तर के डीसी दफ्तर अगर जावे वो थोड़ा चिर उ बैठा अपना जो भी सा गलबात है उन्होंने दसा तो उन्होंने आप जो मैमोरेंडम देने का जो सा जब मणिपुर हिंसा नहीं रुकते फिर अगला एजेंडा की रहेगा इस तो अगला एजेंडा अज का तो सा शांतिमय एजेंडा है इस तो अगला जो एजेंडा मतलब इन्ना तिखा एजेंडा होएगा कि जो सरकारा के वस की गल नहीं होएगी सरकार संभाल नहीं सकनगियां एडा वड्डा नेर झुलेगा कि जेडे ये जेडे सरकार ये अगे उठ जाएंगे तो इनू मतलब सामभ नहीं सकनगे। अपनी सारी संगत को अपील करनी चाहता हाँ भाई आप बिल्कुल शांतमई ढंग के नाल जाना शांतमई ढंग के नाल ही उत्थे आपां जिहड़ा साडा रोस प्रदर्शन है उन्हूं आपां चलाउणा। असीं कैथलिक चर्च जॉर्ज डेरा बाबा नानक मोल्ड मारियो फादर जी ते सारियां भैणां सारे भाई जी सारे बच्चे असीं इस लई चले हाँ कि साडियां तीआं भैणां दी इज्जत शरेआम लुट्टी जा रही है क्योंकि कोई भी सरकार होवे क्योंकि क्रिश्चना ते ये क्यों हमले हो रहे ने होर किहे ते क्यों नहीं हमले होंदे हैगे उन्हां दीआं तीआं भैणां नूं क्यों इस तरह कराए कदी क्रिश्चना ने भी हट किहे दीआं तीआं भैणां नूं हथ पाया है ये भारत मां कहिंदे भारत मां किहदी भारत मां वा दसो सानूं जे तुसीं अपने मावां दीआं इज्जतां लुट्टदे ते तुसीं भारत मां दी इज्जत लुट्टण डे जो इन्हां भैणां दी इज्जत लुट्टण डे कहिंदे साडीआं मावां तुसीं ते अपणीआं मावां नूं हथ पाया साडीआं मावां नूं नहीं हथ पाया इन्हां ने अपणीआं मावां नूं भैणां नूं बजुर्गों नूं भरावां नूं पुत्रां नूं जमीन ते लटाउण दे ने इह इन्हां दी बेवकूफी आ मोदी सरकार दी बेवकूफी आ मोदी ने किन्ने दिन नैट बंद रख छड्या जे खोलिया ते नंगियां तस्वीरां करके खोलिया वा लाणत इहो जी सरकार ते लाणत इहो जे मोदी ते फिटे मूं तेरा ते कुछ है नहीं आ लोकां दी इज्जत बचा ला उन्हां भैणां दी इज्जत बचा ला जे तेरी नहीं तीवी ते दूसरियां दी तीवी समझ के बचा ला अगवाई पूरा मसीह भाईचारा इकट्ठे हुए हैं जिसकी अगवाई साडे फादर मोड़ मारियो जी कर रहे हैं साडे मसीह भाईचारे भारी रोस है कि जो भी ये साडे मणिपुर क्रिश्चन भैणा नौजवान बेटियां और भाइयों ना साडे चर्च चर्चा नूं अग लाई गई आ मैं पुछना चाहुंदा मोदी सरकार नूं इह राज आ कि गुंडा राज आ इह गुंडा राज बंद करो नहीं तां आउण वाले समें दे विच इहदे रिजल्ट बहुत माड़े निकलणगे गंभीर सिट्टे निकलणगे साडे भाईचारे विच इह गल दा बहुत ज़्यादा रोस आ इह जंगल राज कीता वा इह चौकीदार नहीं चोर आ इह कहिंदा मैं चौकीदार बण के राज करांगा इह चौकीदार थोड़ा आ ये तो गुंडा राज चोर है खुद ये मोदी की शह के नाल काम हो रहा वा ये मसीह भाईचारा कभी भी यह बर्दाश्त नहीं करेगा कि एक बने तो कह रहे भी नारी की पूजा कर रहे ये माता मान रहे नावी नारी देवती मान रहे एक बने वेखो नारी का अपमान है ये अपमान है कोई नंगा करके सड़कों से घबाना ये गलत वो अत्याचार करना वो गुप्त अंगा के छेड़छानी करनी एक गुंडा राज आ एक इंसानियत थोड़ी है आने वाले समय साडा पूरा मसीह भाईचारा सड़कों उतरेगा सानू मजबूर होना पेगा गल्लां दे विच जे कुछ काम कर रही मोदी सरकार ये मोदी सरकार की शह दे काम हो रहा सारा कुछ सब तो गुंडा राज ये मोदी सरकार ने किया वा जो पिछले समय दे विच वेखो परेशान साडे चर्च साडे तो मसीह लोग धार्मिक लोग आ शांतमई लोग आ फीसफुल लोग आ कदी भी वेखो कदी किसी मसीह भाईचारे ने कदी किसी भैन ने कदी कोई साडे प्रीस्ट ने कदी फादर ने कदी किसी ने गलत व्यवहार ना बोल चाल किया होए जां कदी भड़काऊ भाषण किया होए जां कदी भी किसी धर्म के बरखिलाफ असी बोले हो तो असी वह गल दे खुद देंदा रहे बाकी मैं मोदी सरकार नूं पुछना चाहुंदा वा थोड़ा समा रह गया तेरा तेनों आने वाले समय के पता लग जाएगा
मसीह भाईचारे जेडे तू ਦਿਆਂ ਮੈਂ ਅਤਿਆਚਾਰ ਕਰਨ ਤੈਨੂੰ ਇਹਦੀ ਸਜ਼ਾ ਮਿਲ ਤੋਂ ਬਿਨਾ ਨਹੀਂ ਰਹੇਗਾ ਪ੍ਰਭੂ ਯਿਸੂ ਮਸੀਹ ਤੈਨੂੰ ਖੁਦ ਸਜ਼ਾ ਦੇਣਗੇ ਗੱਲ ਦੀ ਸਾਡਾ ਭਾਈਚਾਰਾ ਜੇ ਬਹੁਤ ਰੋਸ ਪਾਇਆ ਵਾ ਕਿ ਮਨੀਪੁਰ ਹਿੰਸਾ ਲੈ ਕੇ ਕ੍ਰਿਸਚਨ ਭਾਈਚਾਰੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਤੇ ਇਹਨਾਂ ਵੱਲੋਂ ਮੋਦੀ ਸਰਕਾਰ ਦੇ ਖਿਲਾਫ ਨਾਰੇਬਾਜ਼ੀ ਕੀਤੀ ਗਈ ਹੈ ਇਹਨਾਂ ਕਹਿ ਕੇ ਅੱਜ ਤਾਂ ਅਸੀਂ ਸ਼ਾਂਤਮਈ ਧਰਨਾ ਪ੍ਰਦਰਸ਼ਨ ਕਰਨ ਜਾ ਰਹੇ ਹਾਂ ਜੇਕਰ ਮਨੀਪੁਰ ਦੇ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਨਾ ਦਿੱਤੀਆਂ ਤਾਂ ਆਉਣ ਵਾਲੇ ਦਿਨਾਂ ਵਿੱਚ ਕ੍ਰਿਸਚਨ ਭਾਈਚਾਰਾ ਸਖਤ ਰੁਖ ਅਪਣਾਵੇਗਾ ਜਿਸ ਦੀ ਜ਼ਿੰਮੇਵਾਰੀ ਗਵਰਨਮੈਂਟ ਦੀ ਹੋਵੇਗੀ।